ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਗਿਆਨਵਾਨ ਆਦਮੀ ਹੈ ਜਿਹੜਾ ਕਿਸੇ ਨੂੰ ਨਾ ਤਾਂ ਭੈ ਦਿੰਦਾ ਭੈ ਭੀਤ ਕਰਦਾ ਨਾ ਤਾਂ ਆਪਣਾ ਰੂਪ ਜਮਾਉਂਦਾ ਕਿਸੇ ਤੇ ਆਗੇ ਦੀ ਭੈ ਮੰਨਦਾ ਨਾ ਕਿਸੇ ਨੂੰ ਭੈ ਦਿੰਦਾ ਆਗੇ ਦਾ ਰੂਪ ਚੱਲਦਾ ਨਾ ਕਿਸੇ ਨੂੰ ਰੂਪ ਦਿੰਦਾ ਫਿਰ ਭੈ ਭਾਵਦਾ ਪ੍ਰਚਾਰ ਕਰਦਾ ਫਿਰ ਭੈ ਤੁਸੀਂ ਕਿਵੇਂ ਹੋਣਾ ਇਹ ਗੱਲ ਦੀ ਸਿੱਖਿਆ ਦਿੰਦਾ ਇਹ ਗੱਲ ਦੱਸਦਾ ਨਿਰਭੈ ਕਿਵੇਂ ਹੋਈਦਾ ਇਹ ਤਾਂ ਗੱਲ ਦੱਸਦਾ ਭੈ ਨਹੀਂ ਦੱਸਦਾ ਕਿਸੇ ਨੂੰ ਭੈ ਭੀਤ ਨਹੀਂ ਕਰਦਾ ਜਿਹੜੇ ਭੈ ਭੀਤ ਕਰਦੇ ਨੇ ਨਰਕ ਦਾ ਦੇ ਕੇ ਭੈ ਜਾਂ ਸੁਰਗ ਦਾ ਦੇ ਕੇ ਲਾਲਚ ਇਹ ਜਿਹੜੇ ਨੇ ਗਿਆਨਵਾਨ ਆਦਮੀ ਨੇ ਗਿਆਨੀ ਹੈ ਉਹਨਾਂ ਕੋ ਉਹ ਕੋ ਗਿਆਨੀ ਨੇ ਸਾਖਤ ਲੋਕ ਨੇ ਭੈ ਦੇ ਕੇ ਡਰਾ ਕੇ ਆਹ ਤੁਹਾਡੇ ਤੇ ਗ੍ਰਾਹ ਆਏ ਫਲਾਨਾ ਟਿਪਕਾ ਇਹੀਆਂ ਗੱਲਾਂ ਕਹਿ ਕੇ ਉਹਨੂੰ ਠੱਗਣ ਵਾਲੇ ਨੇ ਗੁਰਮਤ ਇਸ ਤਰ੍ਹਾਂ ਦੇ ਸ਼ਖਸ ਨੂੰ ਇਸ ਤਰ੍ਹਾਂ ਦੇ ਜੀਵ ਨੂੰ ਗਿਆਨੀ ਮੰਨਦੀ ਹੈ ਜੀ ਗਿਆਨਵਾਨ ਉਹ ਹੈ ਜਿਹੜਾ ਇਹਨੂੰ ਨਾ ਭੈ ਦੇਵੇ ਨਾ ਕਹੇ ਭੈ ਹੁੰਦੇ ਅੱਛਾ ਫਿਰ ਰਾਜੇ ਔਰ ਪੰਡਿਤ ਦੋਹਾਂ ਨੂੰ ਇਸ਼ਾਰਾ ਕਰਤਾ ਹੈ ਜੀ ਹਾਂ ਰਾਜੇ ਪੰਡਿਤ ਸਾਰੇ ਜਿਹੜੇ ਦੋਏ ਮਤ ਨੇ ਜਿਹੜੇ ਮੇਨ ਨੇ ਦੋ ਸਿੱਧ ਵੀ ਇਹੀ ਭੈ ਦੇ ਕੇ ਆਇ ਕਰਦਾ ਸ਼ਰਾਫ ਦੇ ਦਾਂਗੇ ਜਿਹੜੇ ਸ਼ਰਾਫ ਦੇ ਦਾਂਗੇ ਫਰ ਦੇ ਦਾਂਗੇ ਸ਼ਰਾਫ ਦੇ ਨਾਲ ਹੀ ਫੂਕ ਕਰਤੀ ਠੀਕ ਹੈ ਜੀ ਵੀ ਗੁਰਮਤ ਗਿਆਨੀ ਸਿਰਫ ਉਹਨਾਂ ਨੂੰ ਮੰਨਦੀ ਹੈ ਜਿਹੜੇ ਆਪ ਨਿਰਭੈ ਹੈਗੇ ਆ ਤੇ ਦੂਸਰਿਆਂ ਨੂੰ ਨਿਰਭੈ ਹੋਣ ਦਾ ਸੰਦੇਸ਼ ਦਿੰਦੀ ਹੈ ਜੀ ਜਿਹੜੇ ਕਹਿੰਦੇ ਅਸੀਂ ਸ਼ਰਾਫ ਦੇ ਦਿੰਦੇ ਉਹ ਕਰਦਾਂਗੇ ਸਾਡੇ ਕੋਈ ਨਹੀਂ ਸ਼ਕਤੀ ਉਹਨੂੰ ਸੰਗਲ ਲਾ ਕੇ ਘੁੱਟ ਦਿੰਦੇ ਨੇ ਉਹ ਆਲਾ ਪੈ ਜਾ ਲੋਕਾਂ ਨਾਲ ਦੂਰ ਹੋ ਜਾਂਦਾ ਠੀਕ ਹੈ ਜੀ ਇੱਥੇ 16 ਨੰਬਰ ਸ਼ਲੋਕ ਦੀ ਸਮਾਪਤੀ ਹੈ ਜੀ।